ਅਸੀਂ ਦੋ ਤਿੰਨਾਂ ਦੇ ਦਿਨਾਂ ਦੇ ਵਿੱਚ ਇੱਕ ਹਾਈ ਕੋਰਟ ਦੇ ਵਿੱਚ ਪੀਆਈਐਲ ਪਾਉਣ ਜਾ ਰਹੇ ਹਾਂ ਤੇ ਪੈਰੋਲ ਤੇ ਆਇਆ ਬੰਦਾ ਸਲਾਮਤਪੁਰ ਡੇਰੇ ਤੇ ਭਾਵੇਂ ਵਰਚੁਅਲ ਤੌਰ ਦੇ ਉੱਤੋਂ ਮੁਖਾਤਮ ਕਰ ਰਿਹਾ ਪਰ ਪਿੱਛੇ ਨੂੰ ਜੇ ਨਿਗਾਹ ਮਾਰੋ ਤੇ ਸਾਰੇ ਜਿੰਨੀਆਂ ਵੀ ਘਟਨਾਵਾਂ ਸ਼ੁਰੂ ਹੋਈਆਂ ਇੱਥੋਂ ਹੋਈਆਂ ਸਰਕਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਅੱਜ ਤਾਂ ਅਦਾਲਤਾਂ ਨੂੰ ਵੀ ਚਾਹੀਦਾ ਵੀ ਜੇ ਇਦਾਂ ਦੇ ਬੰਦੇ ਨੂੰ ਇੱਥੇ ਲਿਆ ਕੇ ਮੋੜ ਪੰਜਾਬ ਨੂੰ ਵੀ ਪੱਟੀ ਦੇ ਵਿੱਚ ਝੋਕਣਾ ਇਹ ਬਹੁਤ ਮਾੜੀ ਗੱਲ ਆ ਤੇ ਮੈਂ ਸਮਝਦਾ ਇਹਦੇ ਪਿੱਛੇ ਇੱਕ 24 ਦੀ ਜਿਹੜੀ ਪਾਰਲੀਮੈਂਟ ਦੀ ਚੋਣ ਆ ਸ਼ਾਇਦ ਉਹ ਵੀ ਮੋਟਿਵ ਹੋਊਗਾ ਕਿਉਂਕਿ ਵੱਡਾ ਦੋਸ਼ੀ ਆ ਬਰਗਾੜੀ ਕਾਂਡ ਦਾ ਤੇ ਮੁੱਖ ਦੋਸ਼ੀ ਹੋਣ ਦੇ ਨਾਤੇ ਉਹਨੂੰ ਕਦੇ ਸਟੇਟ ਗੈਸਟ ਬਣਾਇਆ ਜਾਂਦਾ ਕਦੇ ਕੁਝ ਬਣਾਇਆ ਜਾਂਦਾ ਮੈਂ ਸਮਝਦਾ ਅਸੀਂ ਅੱਜੇ ਫੈਸਲਾ ਕੀਤਾ ਅੱਜ ਮੈਂ ਆਪਣੇ ਸਕੱਤਰ ਸਹਿਬਾਨ ਤੋਰੇ ਵੀ ਆ ਅਸੀਂ ਦੋ ਤਿੰਨਾਂ ਦੇ ਦਿਨਾਂ ਦੇ ਵਿੱਚ ਇੱਕ ਹਾਈ ਕੋਰਟ ਦੇ ਵਿੱਚ ਪੀਆਈਐਲ ਪਾਉਣ ਜਾ ਰਹੇ ਪਬਲਿਕ ਇੰਟਰਸਟ ਨੋਟੀਫਿਕੇਸ਼ਨ ਔਰ ਚੇਚੇ ਤੌਰ 'ਤੇ ਇਹ 'ਤੇ ਫੋਕਸ ਕਰਾਂਗੇ ਕਿ ਪੈਰੋਲ 'ਤੇ ਆਇਆ ਬੰਦਾ ਸਲਾਮਤਪੁਰ ਡੇਰੇ 'ਤੇ ਭਾਵੇਂ ਵਰਚੁਅਲ ਤੌਰ ਦੇ ਉੱਤੋਂ ਮੁਖਾਤਮ ਕਰ ਰਿਹਾ ਪਰ ਪਿੱਛੇ ਨੂੰ ਜੇ ਨਿਗਾਹ ਮਾਰੋ ਤੇ ਸਾਰੇ ਜਿੰਨੀਆਂ ਵੀ ਘਟਨਾਵਾਂ ਸ਼ੁਰੂ ਹੋਈਆਂ ਇੱਥੋਂ ਹੋਈਆਂ ਅਤੇ ਅੱਜ ਮੈਂ ਸਮਝਦਾ ਸਰਕਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਅੱਜ ਤਾਂ ਅਦਾਲਤਾਂ ਨੂੰ ਵੀ ਚਾਹੀਦਾ ਵੀ ਜੇ ਇੱਦਾਂ ਦੇ ਬੰਦੇ ਨੂੰ ਇੱਥੇ ਲਿਆ ਕੇ ਮੁੜ ਪੰਜਾਬ ਨੂੰ ਵੀ ਪੱਟੀ ਦੇ ਵਿੱਚ ਝੋਕਣਾ ਇਹ ਬਹੁਤ ਮਾੜੀ ਗੱਲ ਆ ਅਤੇ ਮੈਂ ਸਮਝਦਾ ਇਹਦੇ ਪਿੱਛੇ ਇੱਕ 24 ਦੀ ਜਿਹੜੀ ਪਾਰਲੀਮੈਂਟ ਦੀ ਚੋਣ ਆ ਸ਼ਾਇਦ ਉਹ ਵੀ ਮੋਟਿਵ ਹੋਊਗਾ ਨਹੀਂ ਤਾਂ ਇੱਦਾਂ ਹੁੰਦੀ ਨਹੀਂ ਕਦੇ ਵੀ ਬੰਦਾ 4 ਵਾਰੀ 5 ਵਾਰੀ ਲਗਾਤਾਰ ਪੈਰੋਲ ਦੇ ਉੱਤੇ ਆ ਜਾਵੇ ਸੋ ਜਥੇਬੰਦੀਆਂ ਜਿਹੜੀਆਂ ਉਹਨਾਂ ਦਾ ਹੱਕ ਵੀ ਬਣਦਾ ਹੱਕ ਇਸ ਕਰਕੇ ਬਣਦਾ ਕਿ ਇਹ ਪੰਜਾਬ ਦੀ ਧਰਤੀ ਗੋਰਾਂ ਦੇ ਨਾਂ 'ਤੇ ਵੱਸਦੀ ਆ ਅਤੇ ਜ਼ਿਲ੍ਹੇ ਸਿਧਾਂਤਕ ਤੌਰ 'ਤੇ ਕਿਉਂਕਿ ਵੱਡਾ ਦੋਸ਼ੀ ਆ ਬਰਗਾੜੀ ਕਾਂਡ ਦਾ ਔਰ ਉਹ ਬਰਗਾੜੀ ਕਾਂਡ ਦਾ ਦੋਸ਼ੀ ਇਸ ਕਰਕੇ ਗੁਰੂ ਸਾਹਿਬ ਜੀ ਦੇ ਆਦਬ ਅਤੇ ਸਤਿਕਾਰ ਨੂੰ ਜਿਸ ਤਰ੍ਹਾਂ ਉਹਨਾਂ ਨੇ ਰੋਲਿਆ ਉਹਦਾ ਮੁੱਖ ਦੋਸ਼ੀ ਆ ਅਤੇ ਮੁੱਖ ਦੋਸ਼ੀ ਹੋਣ ਦੇ ਨਾਤੇ ਉਹਨੂੰ ਕਦੇ ਸਟੇਟ ਗੈਸਟ ਬਣਾਇਆ ਜਾਂਦਾ ਕਦੇ ਕੁਛ ਬਣਾਇਆ ਜਾਂਦਾ ਮੈਂ ਸਮਝਦਾ ਇਹ ਬਹੁਤ ਵੱਡੀ ਮਾੜੀ ਗੱਲ ਆ ਪਰ ਮੈਂ ਉਹਨਾਂ ਸਿੱਖਾਂ ਦੇ ਵੀ ਨਾਲ ਆ ਜਿਹੜੇ ਜੋਸ਼ੋ ਖਰੋਸ਼ ਦੇ ਨਾਲ ਇਸ ਗੱਲ ਦਾ ਵਿਰੋਧ ਵੀ ਕਰ ਰਹੇ ਹਾਂ ਜਿਸ ਤਰ੍ਹਾਂ ਸ਼ਕਤੀ ਪ੍ਰਦਰਸ਼ਨ ਨਹੀਂ ਕੀਤਾ ਗਿਆ ਡੇਰਾ ਇੱਕ ਸਤਸੰਗ ਹੋਇਆ ਇਕੱਠ ਹੋਇਆ ਵੱਡਾ ਵੈਸੇ ਔਨਲਾਈਨ ਵੀ ਸਤਸੰਗ ਹੋ ਸਕਦਾ ਇੱਕ ਵੱਡਾ ਇਕੱਠ ਕਰਕੇ ਪੰਜਾਬ ਦੇ ਵਿੱਚ ਦੁਬਾਰਾ ਮਾਹੌਲ ਖਰਾਬ ਤਾਂ ਨਹੀਂ ਹੁੰਦਾ ਜਾ ਰਿਹਾ ਇਹ ਬਿਲਕੁਲ ਜੇ ਆਪਾਂ ਇਹਦੇ ਪਾਸੇ ਨੂੰ ਨਿਗਾਹ ਮਾਰੀਏ ਜਾਂ ਉਹਨਾਂ ਦੀਆਂ ਸਪੀਚਾਂ ਸੁਣੀਏ ਤੁਸੀਂ ਇੱਕ ਬੰਦਾ ਜਿਹੜਾ ਰੇਪ ਦੇ ਕੇਸ ਦੇ ਵਿੱਚ ਅੰਦਰ ਆ ਮਰਡਰ ਕੇਸ ਦੇ ਅੰਦਰ ਹਰ ਹੋਰ ਲਿਟੀਗੇਸ਼ਨ ਮਤਲਬ ਕਹਿ ਲਓ ਕੇਸ ਉਹਦੇ ਖਿਲਾਫ਼ ਪੈਂਡਿੰਗ ਆ ਅਤੇ ਫਿਰ ਉਹ ਆ ਕੇ ਜੇ ਇਦਾਂ ਦੇ ਕਾਰਜ ਕਰੂਗਾ ਫਿਰ ਉੱਥੇ ਜੋ ਇਹਨੇ ਤਕਰੀਰਾਂ ਕੀਤੀਆਂ ਜਾਂ ਜੋ ਉੱਥੇ ਦੇ ਪੈਰੋਕਾਰ ਬੋਲ ਰਹੇ ਆ ਉਹ ਮੈਂ ਸਮਝਦਾ ਵੱਡੇ ਹਿੱਤਾਂ 'ਚ ਨਹੀਂ ਗਏ ਉਹ ਕੇਵਲ ਤਾਂ ਕੇਵਲ ਅੱਜ ਦੇ ਸਮੇਂ ਦੇ ਵਿੱਚ ਸਿਆਸੀਆਂ ਰੋਟੀ ਸਿੱਕਣ ਦਾ ਅਤੇ ਪੰਜਾਬ ਨੂੰ ਫਿਰ ਬਲਦੀ ਦੇ ਵਿੱਚ ਬਲ ਸੁੱਟਣ ਦਾ ਜਿਹੜਾ ਆ ਉਹ ਯਤਨ ਆ ਅਤੇ ਸਰਕਾਰਾਂ ਨੂੰ ਵੀ ਲਾਹਣ 'ਤੇ ਆ ਜਿਹੜੇ ਇੰਨਾ ਹੋਣ ਦੇ ਬਾਵਜੂਦ ਵੀ ਚੁੱਪ ਕਰਕੇ ਬੈਠੇ ਆ ਅਤੇ ਜਿਹੜੇ ਜੁਝਾਰੂ ਉਸ ਗੱਲ ਦਾ ਵਿਰੋਧ ਕਰਦੇ ਅਤੇ ਵਿਰੋਧ ਕਰਨਾ ਵੀ ਬਣਦਾ ਕਿਉਂਕਿ ਅਕਾਲ ਤਖ਼ਤ ਦੇ ਹੁਕਮਨਾਮੇ ਤੋਂ ਬਾਅਦ ਜ਼ਿਲ੍ਹੇ ਵਾਪਸ ਲਿਆ ਅਤੇ ਸਿੱਖ ਜਥੇਬੰਦੀਆਂ ਜਿਹੜੀਆਂ ਅੱਜ ਵੀ ਉਹਨਾਂ ਗੱਲਾਂ 'ਤੇ ਪਹਿਰੇ ਦੇ ਰਹੀਆਂ ਸ਼੍ਰੋਮਣੀ ਕਮੇਟੀ ਵੀ ਉਹਨਾਂ ਨੂੰ ਤਾਂ ਗ੍ਰਿਫਤਾਰ ਕੀਤਾ ਗਿਆ ਸਰ ਉਹ ਬੜੀ ਮਾੜੀ ਗੱਲ ਆ ਕਿਉਂਕਿ ਜੇ ਕੋਈ ਬੰਦਾ ਜਾ ਕੇ ਪ੍ਰੋਟੈਸਟ ਕਰਦਾ ਆ ਲੋਕਤੰਤਰਕ ਹਰ ਇੱਕ ਬੰਦੇ ਦਾ ਆਪਣਾ ਢੰਗ ਆ ਅਤੇ ਜੇ ਆਪਾਂ ਇਹ ਵੀ ਢੰਗ ਖੋਲਾਂਗੇ ਜੇ ਉਹ ਕਰਦੇ ਆ ਤਾਂ ਫਿਰ ਤਾਂ ਉਹਨਾਂ ਨੂੰ ਖੁੱਲ੍ਹੀ ਛੁੱਟੀ ਆ ਤਾਂ ਜੇ ਸਿੰਘ ਜਾ ਕੇ ਕਰਦੇ ਆ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਬਹੁਤ ਮਾੜੀ ਗੱਲ ਆ ਅਤੇ ਮਾੜੀ ਹੈ